ਵਧੀਆ ਜੇ ਕਣਕ ਵਧੀਆ ਹੁੰਦੀ ਆ ਇਸ ਵਾਰ ਆਪਾਂ ਸਾਰੇ ਆਪਦੇ ਦੇਣੇ ਲੈਣੇ ਜੇ ਲਾ ਲਾਂਗੇ ਇਹ ਤਾਂ ਹੈ ਪੁੱਤ ਫਿਰ ਆਪਾਂ ਪਿਛਲੇ ਸੀਜ਼ਨ ਵਿਆਹ ਕਰਿਆ ਸੀ ਤੇਰੀ ਭੈਣ ਦਾ ਪੀਪੇ ਦਾ ਉਹਦਾ ਵੀ ਫਿਰ ਕਾਚਾ ਕੁਚਾ ਤੋਂ ਆਪਣਾ ਚੜ ਗਿਆ ਸਿਰ ਉਹ ਵੀ ਹੁਣ ਲੈ ਜੂਗਾ ਭਾਈ ਕਿਰਪਾ ਹੋ ਗਈ ਕਣਕ ਦੇਖ ਬਹੁਤ ਵਧੀਆ ਵਾ ਕਣਕ ਹਾਂ ਕਣਕ ਤਾਂ ਵਧੀਆ ਹੁਣ ਤਾਂ ਬਸ ਇਹਦੇ ਤੇ ਆਸ ਆ ਲੈ ਜਾਣਗੇ ਦੇਣੇ ਲੈਣੇ ਬਾਕੀ ਦਾ ਮੌਸਮ ਵਧੀਆ ਰਵੇ ਨਾ ਇਸੇ ਤਰ੍ਹਾਂ ਵਧੀਆ ਸਿਰੇ ਚੜ ਜੇ ਤੇ ਆਪਣਾ ਬਹੁਤ ਵਧੀਆ ਝਾੜ ਹੋ ਜਾਣਾ ਚਲੋ ਬਾਪੂ ਬੇਫਿਕਰੇ ਜੇ ਹੋ ਜਾਣਗੇ ਇਹਦੇ ਸਿਰ ਤੇ ਇਹ ਤਾਂ ਬਹੁਤ ਕੰਮ ਪਏ ਆ ਚਲ ਕੋਈ ਨਹੀਂ ਪੁੱਤ ਬਾਈ ਨੂੰ ਤੇ ਰੱਖ ਭਰੋਸਾ ਠੀਕ ਆ ਨਾ ਠੀਕ ਆ देने लेने लाख जमीन देख अपने पले की बंदा है अपना बड़ा गर्म ट्रैक्टर अपना हल करना ही बड़ा नहीं मार मोर चू को खा पी के बापू अपना भी आप देखना घर का भी कोई नहीं जवाब करिए नहीं चला जाता प्यो मैं चल देख ली यार मैं जी थोड़े तक एक काम आया सीगा भी अर्जा मेरी भी मेनू कुछ माया दी लोड़ सी जे तुसीं दे दो तां बहुत तुहाडा धन्नवाद आ माया की तो कोई गल नहीं माया तो मिल जू पर थोनू की लोड़ पगे है जी थोड़े नहीं तो पहले भी पैसे खड़े हैं अपना जी बच्चा ना जिद बहुत ज्यादा करता सीगा कहिंदा मैं ट्रैक्टर लेना मैं कहा चलो हुण फिर कोई हल तो हो रहे नहीं गा भी हुण नहीं उधर नुकसान होगा बच्चा ने कोई खा पी जी तो भी फसल तो थोड़े को सीट लो होर सानू कित्थों पैसे मिलने हैं तो नाले ये कट लो तो नाले जिहड़े पिछे थोड़े रहिंदे उह कट चलो ठीक है तो किन्नी रकम चाहिए थोनू तो नाले ब्याज कदों मिलेगा आपां नूं देखो जी सानू एक लख रुपया दे दो ट्रैक्टर साडा एक लख रुपये का आजगा जो तुम ब्याज की गल करते फसल आई तो ब्याज कर दो तो थोड़ी बहुत मेहरबानी होगी कोई नहीं कृपा कर दो साढ़े लिया भी मिली वा हाँ जी लख रुपया कट के लेके कलो जी पूरा एक लख रुपया आ लिया भी लख रुपया ठीक है जी तो ब्याज नाल ही ते नाले पिछले पैसे ठीक है कि सारी फसल ते हो जाने चाहिए ठीक है जो जी फसल आ गई तो तुसी सारे पैसे जिहड़े भी बणदे अपने कट लियो हाँ फिर सानू कोई जवाब नहीं बहुत बहुत मेहरबानी आ लो जी इन्हां नूं साइन कराओ आ साइन करो जी लाओ जी धन्यवाद जी थोड़ा बहुत मेहरबानी ठीक आ जाओ देखो भी मैं इसलिए सद्या इत बिल पास कर लगे जिदे बहुत बड़ा अपन फायदा होना अपन किसी नुकसान तक कोई मतलब नहीं ਆਪਾਂ ਫਾਇਦੇ ਲਈ ਆਪਾਂ ਆਪਦੇ ਫਾਇਦੇ ਲਈ ਬਿੱਲ ਆਪਾਂ ਪਾਸ ਕਰਨ ਲੱਗੇ ਇਹਦਾ ਗੱਲ ਠੀਕ ਆ ਆਪਾਂ ਨੂੰ ਪਰ ਆਪਾਂ ਨੂੰ ਇਹਦਾ ਫਾਇਦਾ ਕੀ ਹੋਊਗਾ ਫਾਇਦਾ ਆਪਾਂ ਨੂੰ ਹੋਣਾ ਚਾਹੀਦਾ ਨਾ ਤੇਰੀ ਗੱਲ ਆ ਆਪਾਂ ਜਿਹੜਾ ਬਿੱਲ ਪਾਸ ਕਰਨ ਲੱਗੇ ਹੋਏ ਆਪਾਂ ਨੂੰ ਬਿੱਲ ਦੇ ਇਹ ਫਾਇਦੇ ਆ ਆਪਾਂ ਜਿਹੜਾ ਸਰਕਾਰੀ ਰੇਟ ਆ
ਉਹ ਆਪਾਂ ਨੂੰ ਐਤੀ ਜ਼ਿਮੀਦਾਰਾਂ ਨੂੰ ਦੇਣਾ ਨਹੀਂ, ਮੰਡੀਕਰਨ ਜਿਹੜਾ ਆਪਾਂ ਉਹ ਖਤਮ ਕਰ ਦੇਣਾ। ਆਪਾਂ ਨੂੰ ਫਾਇਦੇ ਲਈ ਆਪਾਂ ਇਹ ਬਿੱਲ ਆਪਾਂ ਆਪਦੇ ਫਾਇਦੇ ਲਈ ਪਾਸ ਕਰ ਰਹੇ ਹਾਂ। ਇਹ ਬਿੱਲ ਬਹੁਤ ਵਧੀਆ, ਇਹਨਾਂ ਨਾਲ ਜਿਹੜੇ ਕਿਸਾਨ ਫਸਲਾਂ ਵਿੱਚ ਬਾਹਰ ਜਾਣਗੇ ਉਹ ਵੀ ਆਪਣੇ ਉੱਥੇ ਡੀਲਰ ਹੋਣਗੇ, ਇਹਨਾਂ ਨਾਲ ਆਪਾਂ ਨੂੰ ਬਹੁਤ ਫਾਇਦਾ ਹੋਊਗਾ। ਬਿਲਕੁਲ ਸਹੀ ਗੱਲ, ਕਿਸਾਨ ਘੱਟ ਰੇਟ 'ਤੇ ਫਸਲ ਵੇਚਣਗੇ, ਕਿਸਾਨ ਕਰਜ਼ਈ ਹੋ ਜਾਣਗੇ, ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਆਪਣਾ ਹੋਊ ਅਤੇ ਕਿਸਾਨ ਦੁਖੀ ਹੋਇਆ ਆਪਾਂ ਨੂੰ ਘੱਟ ਰੇਟ 'ਤੇ ਜ਼ਮੀਨਾਂ ਵੇਚੂਗਾ, ਇਹਦੋਂ ਵੱਡਾ ਫਾਇਦਾ ਕੀ ਹੋ ਸਕਦਾ ਫਿਰ ਆਪਾਂ ਨੂੰ। ਆਪਾਂ ਬਿੱਲ ਤਾਂ ਪਾਸ ਕੀਤੇ ਆ, ਆਪਾਂ ਨੂੰ ਇਹਦੇ ਬਹੁਤ ਵੱਡਾ ਫਾਇਦਾ, ਤੁਹਾਨੂੰ ਵੀ ਇਹ ਗੱਲਾਂ ਦਾ ਪਤਾ ਲੱਗ ਚੁੱਕਿਆ, ਜਿਹੜੇ ਜ਼ਿਮੀਦਾਰ ਡਾਊਨ ਹੋ ਜਾਣਗੇ, ਦਿਨੋਂ ਦਿਨ ਕਰਜ਼ਾਈ ਦੇ ਕਰਜ਼ੇ ਦੇ ਥੱਲੇ ਆਈ ਜਾਣਗੇ, ਉਹ ਆਪਾਂ ਨੂੰ ਪੈਲੀਆਂ ਵੇਚ ਦੇਣਗੇ। ਆਪਾਂ ਉਹਨਾਂ ਦੀ ਪੈਲੀਆਂ ਲੈ ਕੇ ਵੱਡੇ ਵੱਡੇ ਪਲਾਟ ਫੈਕਟਰੀਆਂ ਆਪਾਂ ਖੜੀਆਂ ਕਰ ਲੈਣੀਆਂ, ਜਿਹਦੇ 'ਚ ਆਪਾਂ ਨੂੰ ਬਹੁਤ ਵੱਡਾ ਇਹ ਚੀਜ਼ਾਂ ਅੱਗੇ ਆਉਣ ਵਾਲੇ ਟਾਈਮ 'ਚ ਵੀ ਫਾਇਦਾ। ਜਿਹੜੇ ਹੁਣ ਜ਼ਿਮੀਦਾਰ ਮਰਦਿਆਂ ਮਰੀ ਜਾਣ, ਆਪਾਂ ਨੂੰ ਇਹਦੇ 'ਚ ਕੋਈ ਕਿਸੇ ਦਾ ਕੋਈ ਮੁਤਲਕ ਨਹੀਂ, ਆਪਾਂ ਨੂੰ ਸਿਰਫ ਆਪਣੀਆਂ ਜੇਬਾਂ ਭਰਨ ਤੱਕ ਮਤਲਬ ਆ। ਲਾਗੂ ਕਰਨੀ ਕਰਨੀ ਹੈ, ਕਿਸਾਨ ਜਿੰਨੇ ਵੀ ਮਰਜ਼ੀ ਧਰਨੇ ਲਾ ਲਏ, ਇਹ ਬਿੱਲ ਆਉਣ ਵਾਲੇ ਟਾਈਮ 'ਚ ਵੀ ਅਤੇ ਅੱਜ ਦੇ ਟਾਈਮ 'ਚ ਵੀ ਆਪਾਂ ਨੂੰ ਲਾਹੇਵੰਦ ਅਤੇ ਬਹੁਤ ਫਾਇਦਾ ਮਿਲੂ ਇਹ ਬਿੱਲਾਂ ਨਾਲ। ਕਿਸਾਨ ਜੋ ਆਪਾਂ ਮਰਜ਼ੀ ਕਰ ਲਏ, ਆਪਾਂ ਬਿੱਲ ਕਿਸੇ ਹਾਲਤ ਆਪਾਂ ਲਾਗੂ ਕਰਨੀ ਕਰਨੀ ਹੈ। ਬਿਲਕੁਲ ਸਹੀ। ਬਾਪੂ 1000 ਰੁਪਈਏ ਦੇ ਤੇ ਮੈਂ ਸ਼ਹਿਰ ਚੱਲੇ ਕੱਪੜੇ ਲਈਏ, ਮਾਂ ਨਾਲੇ ਹੁਣ ਵਿਆਹ ਆਉਂਦਾ ਗੁਆਂਢੀਆਂ ਦੇ, ਕੱਪੜੇ ਚਾਹੀਦੇ ਆ। ਤਾਂ ਤੂੰ ਕੋਈ ਨਾ ਕੋਈ ਨਵਾਂ ਹੀ ਪੰਗਾ ਖੜਾ ਕਰੀ ਰੱਖਦਾ, ਨਿੱਤ ਦਾ ਤੇਰਾ ਕੋਈ ਨਾ ਕੋਈ ਨਵਾਂ ਕੰਮ ਆ। ਆਪਾਂ ਕੱਲ੍ਹ ਨੂੰ ਕਣਕ ਵੱਢਣ ਲੱਗਣਾ ਸ਼ਹਿਰ, ਫੇਰ ਜਾਈ ਬਾਅਦ 'ਚ ਕਣਕ ਵਢਾ ਕੱਲ੍ਹ ਨੂੰ। ਕਣਕ ਤਾਂ ਆਪਾਂ ਵੱਢਣੀ ਆ, ਪਹਿਲਾਂ ਆੜਤੀ ਨੂੰ ਫੋਨ ਕਰਕੇ ਪੁੱਛ ਲਾ ਥਾਂ ਹੈਗਾ ਮੰਡੀ 'ਚ, ਪਹਿਲੀ ਵਾਰ ਆਪਾਂ ਨੂੰ ਥਾਂ ਨਹੀਂ ਸੀ ਮਿਲੀ, ਪਹਿਲਾਂ ਉਹਨੂੰ ਫੋਨ ਕਰਕੇ ਪੁੱਛ ਅਤੇ ਕਣਕ ਲੈ ਕੇ ਆਉਂਦੇ ਹਾਂ। ਚੱਲ ਪੁੱਤ ਤੇਰੀ ਗੱਲ ਹੈ ਤਾਂ ਸਿਆਣੀ, ਮੈਂ ਦੇਣਾ ਫਿਰ ਆੜਤੀ ਨੂੰ ਫੋਨ ਲਾ ਕੇ ਫਿਰ ਪਤਾ ਕਰ ਲੈਂਦੇ ਹਾਂ ਕੀ ਕਹਿੰਦਾ ਵਾ, ਅਤੇ ਫਿਰ ਆਪਾਂ ਉਸ ਹਿਸਾਬ ਨਾਲ ਕਰ ਲਾਂਗੇ। ਕਿਹਦਾ ਆ ਗਿਆ ਫੋਨ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸੇਵਕ ਬੋਲਦਾ ਜੀ ਰਾਮੇ ਤੋਂ। ਸਤਿ ਸ਼੍ਰੀ ਅਕਾਲ, ਠੀਕ ਹੋ? ਹੋਰ ਤੁਸੀਂ ਠੀਕ ਹੋ? ਠੀਕ ਹੈ ਜੀ। ਕੱਲ੍ਹ ਨੂੰ ਜੀ ਕਣਕ ਵੱਢਣ ਦਾ ਬਣਦਾ ਸੀਗਾ ਪ੍ਰੋਗਰਾਮ, ਅਤੇ ਮੰਡੀ ਦੇ ਵਿੱਚ ਕਿਵੇਂ ਆ, ਜਗ੍ਹਾ ਹੈਗੀ ਆ? ਮੰਡੀ ਤਾਂ ਜਗ੍ਹਾ ਹੀ ਜਗ੍ਹਾ, ਤੈਨੂੰ ਹੁਣ ਪਤਾ ਨਹੀਂ ਬਿੱਲ ਪਾਸ ਹੋ ਗਏ, ਜ਼ਿਆਦਾਤਰ ਤਾਂ ਕਿਸਾਨ ਹੁਣ ਬਾਹਰ ਹੀ ਵੇਚ ਦਿੰਦੇ ਆ। ਅਤੇ ਕੀ ਰੇਟ ਹੈ ਜੀ ਕਣਕ ਦਾ? ਰੇਟ ਤਾਂ ਐਰਕੀ ਮੰਦੇ ਆ। ਅਤੇ ਦੱਸੋ ਜੀ ਫਿਰ ਕੀ ਰੇਟ ਹੈਗਾ ਕਣਕ ਦਾ? ਐਰਕੀ 800 ਰੁਪਇਆ ਨਿਕਲਿਆ। ਹਾਂ ਅੱਛਾ ਜੀ, ਇੰਨਾ ਇੰਨਾ ਰੇਟ ਘੱਟ ਹੈ ਜੀ, 800 ਹੀ ਹੈ ਜੀ। ਬਾਪੂ ਕੀ ਹੋ ਗਿਆ? ਕਣਕ ਦਾ ਰੇਟ 800 ਹੀ ਦੱਸਦੇ ਆ, 800 ਹੀ ਦੱਸਦੇ। ਤੂੰ ਹੌਸਲਾ ਰੱਖ, ਕੋਈ ਨਾ ਮੈਂ ਕਿਸੇ ਨੂੰ ਹੋਰ ਪੁੱਛਦਾ, ਤੂੰ ਖੜਾ ਹੋ, ਦੇਖ ਲਾ ਪੁੱਤ। ਹਾਂ ਮੈਂ ਜਾਣਦਾ, ਤੂੰ ਹੌਸਲਾ ਰੱਖ। ਹਾਂ ਹਾਂ ਠੀਕ ਹੈ ਠੀਕ ਹੈ, ਵਧੀਆ ਵਧੀਆ। ਤੁਸੀਂ ਸੁਣਾਓ, ਤੇਰ ਕੀ ਕਣਕ ਦਾ ਕੀ ਰੇਟ ਆ? ਸੱਚੀ 800? ਬਾਪੂ 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 ਬਹੁਤ ਦੁਖੀ ਆ, ਗੱਲ ਤਾਂ ਰੇਟ ਨਹੀਂ ਪੁੱਤ ਰਿਹਾ, ਆਪਾਂ ਕਰਜ਼ਾ ਕਿੱਥੋਂ ਲਾਵਾਂਗੇ? ਤੂੰ ਹੌਸਲਾ ਰੱਖ ਯਾਰ, ਇਹ ਤਾਂ ਇੱਕ ਦਿਨ ਹੋਣਾ ਹੀ ਸੀ, ਇਹ ਜਿਹੜੀਆਂ ਇਹ ਪਹਿਲੇ ਮਿਥੀਆਂ ਹੋਈਆਂ ਸਰਕਾਰਾਂ ਦੀਆਂ ਚਾਲਾਂ ਸੀ, ਆਪਾਂ ਨੂੰ ਇੱਕਜੁੱਟ ਹੋਣਾ ਪੈਣਾ। ਦਿੱਲੀ 'ਚ ਕਿੰਨੇ ਧਰਨੇ ਲੱਗ ਰਹੇ ਆ, ਆਪਾਂ ਨੂੰ ਉਹਨਾਂ ਦਾ ਸਮਰਥਨ ਕਰਨਾ ਪੈਣਾ, ਇਸ ਝੰਡੇ ਦੇ ਥੱਲੇ ਸਾਰਿਆਂ ਨੂੰ ਇੱਕ ਹੋਣਾ ਪੈਣਾ। ਬਾਪੂ ਆਪਾਂ ਨੂੰ ਲੋੜ ਆ ਇੱਕਜੁੱਟ ਹੋਣ ਦੀ, ਜਿਹੜੇ ਇੰਨੇ ਧਰਨੇ ਲੱਗ ਰਹੇ ਆ ਉੱਥੇ ਸ਼ਾਮਿਲ ਹੋਣ ਦੀ ਲੋੜ ਆ। ਇਹ ਜਿਹੜੇ ਹੱਕ ਨੇ ਸਾਨੂੰ ਖੋਣੇ ਪੈਣੇ ਆ, ਕਿਸੇ ਨੇ ਮੁਫ਼ਤ 'ਚ ਤਾਂ ਕੇ ਦੇਣੇ ਨਹੀਂ ਆਪਾਂ ਨੂੰ। ਚੱਲ ਉੱਠ ਉੱਠ, ਆਪਾਂ ਵੀ ਇਸ ਝੰਡੇ ਦੇ ਥੱਲੇ ਆਈਏ। ਚੱਲ ਚਲੋ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਵੀਰੇ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਇਹ ਵੀਡੀਓ ਇਸ ਲਈ ਬਣਾ ਲਿਆ ਜਿਹੜੇ ਲੋਕ ਹਜੇ ਤੱਕ ਦਿੱਲੀ ਨਹੀਂ ਗਏ, ਤੇ ਜਿਹੜੇ ਹਜੇ ਤੱਕ ਲੋਕੀ ਹਜੇ ਘਰੇ ਬੈਠੇ, ਜਿਹੜੇ ਲੋਕਾਂ ਨੂੰ ਇਹ ਬਿੱਲ ਬਾਰੇ ਨਹੀਂ ਪਤਾ, ਹਜੇ ਕਈਆਂ ਨੂੰ ਲੋਕਾਂ ਨੂੰ ਇਹ ਗੱਲ ਕਹਿੰਦੇ ਵੀ ਬਿੱਲ ਪਾਸ ਹੋ ਜਾਣਗੇ, ਪਰ ਕਿਸੇ ਹਾਲਤ 'ਚ ਆਪਾਂ ਬਿੱਲ ਨਹੀਂ ਪਾਸ ਹੋਣਗੇ। ਜੇ ਬਿੱਲ ਪਾਸ ਹੋ ਗਏ ਆਪਣੇ ਆਉਣ ਵਾਲੇ ਪੀੜ੍ਹੀਆਂ, ਤੇ ਆਪਾਂ ਜਮਾਂ ਭੁੱਖੇ ਮਰਨ ਲੱਗ ਜਾਣਗੇ। ਸਰਕਾਰ ਦੀ ਇਹ ਨੀਤੀ ਆ, ਜੋ ਜ਼ਿਮੀਦਾਰ ਵਧੀਆ ਰੋਟੀ ਖਾਂਦਾ, ਕੋਈ ਵੀ ਕੋਈ ਗਰੀਬ ਆ ਕੋਈ ਅਮੀਰ ਆ, ਇਹ ਸਾਰੇ ਲਈ ਬਿੱਲ ਬਹੁਤ ਮਾੜੇ ਆ, ਬਹੁਤ ਮਾੜੇ, ਆਉਣ ਵਾਲੇ ਟਾਈਮ ਲਈ ਬਹੁਤ ਮਾੜਾ ਆਊਗਾ।
ਤੇ ਕਿਸੇ ਹਾਲਤ ਆਪਾਂ ਲਾਗੂ ਨਹੀਂ ਹੋਣੇ ਨੇ ਰੋਟੀ ਖਾਣ ਜੋਗੇ ਹਾਂ ਰੋਟੀ ਖਾਣ ਜੋਗੇ ਆਪਾਂ ਨੂੰ ਨਹੀਂ ਛੱਡਣਾ ਤੇ ਵੱਧ ਤੋਂ ਵੱਧ ਦਿੱਲੀ ਜਾਓ ਤੇ ਧਰਨੇ ਵਿੱਚ ਸ਼ਾਮਲ ਹੋ ਤੇ ਵੱਧ ਤੋਂ ਵੱਧ ਸਾਰੇ ਸਪੋਰਟ ਕਰੋ ਯਾਰ ਸਾਰੇ ਫੁੱਲ ਸਪੋਰਟ ਕਰੋ ਧੰਨਵਾਦ।